ਤੇ ਉਧਰ ਅਮਰੀਕੀ ਗੀਤਕਾਰ ਟੇਲਰ ਸਵਿਫਟ ਨੇ ਆਖਿਰਕਾਰ ਦੇਸ਼ ਦੇ ਰਾਜਨੀਤੀ ਬਿਆਨ ਕਰਦੇ ਹੋਏ ਕਿਹਾ ਕਿ ਉਹ ਅਮਰੀਕੀ ਮਿਡ ਟਰਮ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦਾ ਫਿਲ ਬ੍ਰਿਡਸਨ ਅਤੇ ਜਿਮ ਕਪੂਰ ਦਾ ਸਮਰਥਨ ਕਰੇਗੀ। ਹਮੇਸ਼ਾ ਆਪਣੀ ਰਾਜਨੀਤਿਕ ਸਲਾਹ ਆਪਣੇ ਤੱਕ ਸੀਮਿਤ ਰੱਖਣ ਵਾਲੀ ਟੇਲਰ ਸਵਿਫਟ ਨੇ ਇੰਸਟਾਗ੍ਰਾਮ 'ਤੇ ਕਿਹਾ ਕਿ ਮਾਰਸ਼ਲ ਲੈਕਬਰਨ ਨੂੰ ਮੇਰਾ ਸਮਰਥਨ ਨਹੀਂ ਹੈ ਕਿਉਂਕਿ ਰਿਪਬਲਿਕਨ ਉਮੀਦਵਾਰ ਉਹਨਾਂ ਸਾਰਿਆਂ ਦਾ ਸਾਰ ਕਰਦੇ ਨੇ ਜੋ ਟੈਨੇਸੀ ਦੇ ਮੇਰੇ ਮੁੱਲਾਂ ਮੁਤਾਬਿਕ ਨਹੀਂ ਹੈ। ਸਵਿਫਟ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਹ ਹਮੇਸ਼ਾ ਆਪਣੇ ਰਾਜਨੀਤਿਕ ਵਿਚਾਰ ਜਨਤਕ ਤੋਂ ਵਿਅਕਤ ਕਰਨ ਤੋਂ ਬਚਦੀ ਰਹੀ ਹੈ, ਪਰ ਪਿਛਲੇ 2 ਦਿਨਾਂ ਵਿੱਚ ਕਾਫੀ ਕੁਝ ਬਦਲ ਗਿਆ। ਇਸ ਨੂੰ ਲੈ ਕੇ ਉਹ ਹੁਣ ਅਲੱਗ ਤਰੀਕੇ ਨਾਲ ਸੋਚਦੀ ਹੈ।